अज तड़के ही जी कहिंदे ब्रैड पकौड़े बनाउणे आ। मैं तो बहुत मना किया, मैं कहा रहण दो, कानू इन्ना एक्सट्रा एफर्ट कर रहे हो तुसी, पर नहीं शुरू हो गए। तो ब्रैड पकौड़े तो बहुत खाधे रहे ना, पर इन्नी बड़ी कड़ाही दे विच देखो घरे मैं नहीं देखी है कि इन्नी बड़ी, मम्मी किन्ना तेल रखा यार। हाले तो हुण कम लग लग आ, पहला मैं कहना इदों भी वड्डी कड़ाही लगदी होणी आ। बीबी बापू जी ते ਉਹ ਵੀ ਬਾਕੀ ਵੀ ਆਏ ਰਹਿੰਦੇ ਸੀਗੇ ਨਾਲ ਨਾਲ ਦੇ ਘਰਾਂ ਦੇ ਇੰਨਾ ਕੁੜੀਆਂ ਨੇ ਕਹਿੰਦੀਆਂ ਸੁੱਖ ਨਾਲ 30 35 ਆਹ ਨਾ ਗਵਾਂਡ ਦੀ ਤੋਂ ਬਾਈ ਬਾਲਾ ਜਾਦੇ ਨਾਲ ਹੀ ਰਹਿੰਦੇ ਸੀਗੇ ਕਿਉਂਕਿ ਆਹ ਗਵਾਂਡ ਆਪਣੇ ਘਰ ਦੇ ਹੀ ਨੇ ਭੂਆ ਦੇ ਪੋਤੇ ਪੋਤੀਆਂ ਸਾਰੇ ਤੇ ਸਾਰੇ ਆਏ ਪਰ ਬਾਲਾ ਜਿਆਦੇ ਜੀ ਲੱਗਦਾ ਸੀਗਾ ਬੈਸਟ ਸੀਗਾ ਉਹ ਉਦੋਂ ਵਧੀਆ ਅੱਜ ਤੱਕ ਨਹੀਂ ਮੈਨੂੰ ਕੋਈ ਜਗ੍ਹਾ ਮਿਲੀ ਹੈਗੀ ਜਦੋਂ ਨਾਨਕੇ ਹੁੰਦੇ ਛੋਟੇ ਹੁੰਦੇ ਉਹ ਬੈਸਟ ਸੀ ਹੁਣ ਤਾਂ ਭਾਈ ਬਹੂ ਆ ਗਈ ਅੱਜ ਕੱਲ ਮੈਂ ਤਾਂ ਆਪਣੇ ਵਾਲੀ ਕਹਿੰਦਾ ਸੀਗਾ ਵੀ ਸੱਤ ਨਹੀਂ ਆ ਹੁੰਦਾ ਤੂੰ ਚੋਰ ਕੀ ਦਾੜੀ ਵੇ ਦਿਨ ਕਾ ਇਹ ਆਪੀ ਫਸ ਗਈ ਬਈ ਆ ਉਰੇ ਰੌਲਾ ਪੈ ਰਿਹਾ ਵਾ ਕੁਕਿੰਗ ਦਾ ਮਹਿਕ ਕਹਿੰਦੀ ਆ ਵੀ ਪਹਿਲਾਂ ਜੀਰਾ ਪਾਓ ਉਹ ਜੀਰਾ ਨਹੀਂ ਪਾਉਂਦੇ ਸੀ ਹੁਣ ਨੂਣ ਮਿਰਚ ਪਤਾ ਨਹੀਂ ਕਾਹਦੇ ਉੱਤੇ ਰੌਲਾ ਪੈ ਰਿਹਾ ਉਹ ਠੀਕ ਇਹ ਬਸ ਕੁਕਿੰਗ ਚੈਨਲ ਵਾਲੇ ਐਂ ਦੁਖੀ ਕਰਦੇ ਰਿਸ਼ਤੇਦਾਰਾਂ ਨੂੰ ਇੱਕ ਗੱਲ ਉਹ ਵੀ ਆ ਇਹਨਾਂ ਦੇ ਸਕੀਮ ਵੀ ਪੈ ਜਾਂਦੀ ਹਰੇਕ ਹੀ ਕਹਿੰਦਾ ਤੁਸੀਂ ਕੁਝ ਬਣਾ ਕੇ ਖਿਲਾਓ ਕੋਈ ਕੋਈ ਕਹਿੰਦਾ ਐਲੋਵੇਰਾ ਦੀ ਸਬਜ਼ੀ ਬਣਾ ਕੇ ਖਿਲਾਓ ਆਪਾਂ ਨੂੰ ਲੱਗਦਾ ਆਪਾਂ ਆਪਣੇ ਵਾਸਤੇ ਰੋਟੀ ਬਣਾਉਣੇ ਆ ਪਰ ਆਪਾਂ ਜਾਣੇ ਅਣਜਾਣੇ ਦੇਖੋ ਕਿੰਨੇ ਜਾਣਿਆਂ ਨੂੰ ਫੀਡ ਕਰ ਦਿੰਨੇ ਆ ਕਿੰਨੀਆਂ ਬੱਕੀਆਂ ਲੱਗੀਆਂ ਪਈਆਂ ਵਾਲੇ ਆਪਾਂ ਖਾਦੇ ਨਹੀਂ ਬ੍ਰੈਡ ਜੇ ਸੇਮ ਪਲੇਟਾਂ ਹੀ ਅੱਜ ਤੜਕੇ ਆ ਗਈਆਂ ਤੇ ਨਾਲ ਹੈਗਾ ਦਹੀਂ ਆਪਾਂ ਹੈਗਾ ਬ੍ਰੈਡ ਪਕੌੜੇ ਬੰਦੇ ਵੱਧ ਗਏ ਇਸ ਕਰਕੇ ਇਹਨਾਂ ਨੇ ਅੱਧਾ ਪੀ ਦਿੱਤਾ ਨਹੀਂ ਨਹੀਂ ਮਜ਼ਾਕ ਕਰ ਕਹਿੰਦੇ ਗਰਮ ਗਰਮ ਲਿਆਵਾਂਗੇ ਹਨਾ ਵੀ ਅੱਧਾ ਪੀਸ ਇੱਧਰ ਮੈਨੂੰ ਦੇ ਦਿੱਤਾ ਮੈਂ ਤਾਂ ਕਿਹਾ ਸੀ ਇਹਨਾਂ ਨੂੰ ਪੂਰਾ ਪੀਸ ਦੇ ਦਿਓ ਬਹੁਤ ਸਵਾਦ ਬਹੁਤ ਸਵਾਦ ਨੇ ਨੂਣ ਮਿਰਚ ਮਸਾਲਾ ਜੀ ਸੌਸ ਵਧੀਆ ਹੋ ਸਕਦੀ ਹੋਰ ਇਹ ਦੂਜੀ ਸੌਸ ਆ ਨਾ ਜੀ ਮੁੱਲ ਵਾਲੀ ਆ ਇੱਕ ਮੈਂ ਵੀ ਰਿਵਿਊ ਦੇ ਲੱਗਦਾ ਜਿਵੇਂ ਮੈਨੂੰ ਆਪ ਬਹੁਤ ਬਣਾਉਣਾ ਹੁੰਦਾ ਨਹੀਂ ਬਹੁਤ ਵਧੀਆ ਇਹ ਵੈਸੇ ਸੌਸ ਬਾਲੀ ਕੈਚਪ ਵਰਗੀ ਨਹੀਂ ਮਿੱਠੀ ਸੌਸ ਨਹੀਂ ਜੀ ਕੋਈ ਹੈਗੀ ਵੀ ਜੀ ਤੇ ਮੇਰੇ ਜਿਹੜੇ ਆ ਮਾਮੀ ਨੇ ਦਾ ਸੇਮ ਮੇਰੇ ਮਾਮੀ ਵਰਗੇ ਲੱਗੀ ਜਾਂਦੇ ਨੇ ਤਾਂ ਕਰਕੇ ਮੈਨੂੰ ਜਮਾ ਹੀ ਐ ਲੱਗਿਆ ਮੈਂ ਪਹਿਲਾਂ ਰਾਤ ਵੀ ਕੇ ਕੇ ਤੇ ਵੀ ਜਿਵੇਂ ਮੈਂ ਆਪਣੇ ਨਾਨਕੇ ਆਈ ਕੱਲੇ ਬ੍ਰੈਡ ਹੀ ਨੇ ਗੁਲਗੁਲੇ ਨਹੀਂ ਬਣਾਏ ਗੁਲਗੁਲੇ ਵਰਗੇ ਤਾਂ ਲੋਕ ਆਪਣੇ ਉਰੇ ਅਸੀਂ ਆਪ ਹੀ ਗੁਲਗੁਲੇ ਇਹ ਤਾਂ ਸਾਡੀ ਗੁਲਗੁਲੇ ਆ ਸਿੰਗਲ ਆ ਸਿੰਗਲ ਆ ਇਹ ਸਾਡੀ ਗੁਲਗੁਲੀ ਆ ਹਾਂ ਵੀਰ ਜੀ ਸਿੰਗਲ ਨੇ ਲੈ ਹੋਈ ਮੈਂ ਵੀ ਸਿੰਗਲ ਆ ਅਸੀਂ ਵੈਸੇ ਕੱਲ ਜਾਣਾ ਸੀਗਾ ਪਰ ਮੰਮੀ ਕਹਿੰਦੇ ਨਹੀਂ ਮੈਂ ਇੱਕ ਦਿਨ ਜਾਣਾ ਹੋਰ ਹੀ ਤੇ ਝੂਠਾ ਮਨੀ ਕਹਿੰਦਾ ਮੇਰਾ ਜੀ ਨਹੀਂ ਕਰਦਾ ਨਾਨਕਿਆਂ ਤੋਂ ਜਾਣ ਨੂੰ ਇਸ ਕਰਕੇ ਰਹਿਣਾ ਪਿਆ ਤਾਂ ਜਿਹਦੇ ਉੱਤੇ ਉਹਨੇ ਬਲੇਮ ਲਾਉਣਾ ਘਰ ਜਾ ਕੇ ਉਹਦੀ ਸਰਵਿਸ ਵੀ ਹੋਣੀ ਆ ਮਾਸੜ ਕਹਿੰਦਾ ਉੱਥੇ ਜੀ ਲਾ ਕੇ ਬਹਿ ਗਈ ਹੈ ਨਾ ਹਾਂ ਮੈਂ ਕਹਾ ਅੱਜ ਮਹਾਰਣਜੀਤ ਦੇ ਰੋਟੀ ਦੀ शॉपिंग करने आए हुए मुंडे शॉपिंग कर आए आए सॉरी
ਉਹ ਸ਼ੀਸ਼ੇ ਚ ਵੀ ਨੇ ਉਹ ਕਿੰਨੇ ਜਵਾਕ ਨੇ ਚਾਰ ਜਵਾਕ ਹੋ ਗਏ ਉਹ ਪਿੱਛੇ ਸੇ ਨਹੀਂ ਵੜਨਾ ਸ਼ੋਪਿੰਗ ਕਰਨ ਜੀ ਅੰਗਦ ਵਾਸਤੇ ਆਏ ਸੀਗੇ ਫਿਰ ਮੈਂ ਆਪਣੇ ਵਾਸਤੇ ਵੀ ਕਰਨ ਲੱਗਿਆ ਟੀ ਸ਼ਰਟ ਜੀ ਮੈਨੂੰ ਪਸੰਦ ਆ ਗਈ ਤੇ ਬਾਈ ਹੁਣੇ ਬਹੁਤ ਹੈਲਪ ਕਰ ਰਹੇ ਨੇ ਵੀਰੇ ਦੁਕਾਨ ਕਿਹੜੀ ਆ ਕਿਵੇਂ ਕਮਲ ਗਾਰਮੈਂਟਸ ਸਮਾਣੀ ਬਹੁਤ ਵਧੀਆ ਸਾਨੂੰ ਇਹਨਾਂ ਦੇ ਹਾਲ ਤੱਕ ਤਾਂ ਕੱਪੜੇ ਲੱਗ ਰਹੇ ਨੇ ਅਸੀਂ ਮੇਰੀ ਮਾਸੀ ਨੇ ਛੋਟੇ ਹੁੰਦੇ ਤੋਂ ਮੈਨੂੰ ਇੱਥੇ ਹੀ ਕੱਪੜੇ ਦਵਾਏ ਹਾਂ ਛੋਟੇ ਹੁੰਦੇ ਤੋਂ ਵਧੀਆ ਸਾਡਾ ਸੈਂਸ ਸਮਾਣਾ ਇਹ ਪਰ ਔਰੇਂਜ ਜੂਸ ਅਸੀਂ ਆਪ ਲਿਆ ਤੁਸੀਂ ਕਿਤੇ ਕ੍ਰੈਡਿਟ ਲੈ ਜਾਓਗੇ ਇਹਨਾਂ ਨੇ ਇਹ ਤਾਂ ਆਪਣੀ ਚਾਹ ਉਧਰ ਆਪ ਪੀ ਜਾਂਦੇ ਆ ਉਹ ਦੇਖੋ ਚਾਹ ਇਹ ਤਾਂ ਆਪਣੀ ਸਪਾਂਸਰਡ ਬਾਏ ਮਾਸੀ ਚਾਹ ਪੀ ਜਾਂਦੇ ਆ ਇਹ ਤਾਂ ਜੂਸ ਤਾਂ ਸਾਡਾ ਵੀ ਬਾਹਰੋਂ ਆਇਆ ਜਦੋਂ ਵੀ ਆ ਦੁਕਾਨ ਤੇ ਆਇਆ ਮੈਂ ਆਏ ਨਾਲ ਆ ਲੰਬੂ ਦੀ ਹਨਾ ਵੀਰੇ ਲੰਬੂ ਦੀ ਹਨਾ ਉਹਦਾਂ ਦੀ ਤਾਂ ਜੂਸ ਬਿਨਾ ਪੀਤੇ ਗਏ ਨਹੀਂ ਹੈ ਇਹ ਸੋਚੇ ਸੀ ਨਾ ਨਾਲ ਜਦੋਂ ਸ਼ਾਪਿੰਗ ਕਰਨ ਗਏ ਸੀਗੇ ਸੂਰਜ ਪੂਰਾ ਖੜਾ ਸੀਗਾ ਹੁਣ ਦੇਖੋ ਪੂਰੀ ਸ਼ਾਮ ਹੋ ਗਈ ਜਵਾਕਾਂ ਨਾਲ ਸ਼ਾਪਿੰਗ ਕਰਨੀ ਬਾਹਲੀ ਜ਼ਿਆਦਾ ਔਖੀ ਆ ਤੇ ਕਰਨ ਗਏ ਸੀ ਜਵਾਕਾਂ ਦੀ ਸ਼ਾਪਿੰਗ ਵੱਧ ਮੈਂ ਕਰ ਲਿਆ ਸ਼ਾਪਿੰਗ 9000 ਦੀ ਕੁੱਲ ਕਰ ਲਈ ਅੱਗ ਲੱਗੀ ਵੀ ਆ ਗੋਲ ਗੱਪੇ ਖਾਣੇ ਅੰਗ ਬੜਾ ਗਾਹ ਪਾ ਰਿਹਾ ਸੀ ਤੂੰ ਕੀ ਕਰਦੀ ਆ ਮੱਖੀ ਮੱਛਰ ਆਈ ਜਾਂਦਾ ਗੱਡੀ 'ਚ ਹੀ ਬਹਿ ਜਾ ਫਿਰ ਪਰ ਇਹਨਾਂ ਨੇ ਕਿਤੇ ਖਾਣ ਦੇਣੇ ਗੱਡੀ ਹੁਣ ਅਸੀਂ ਫੇਮਸ ਗੋਲ ਗੱਪੇ ਖਾਣ ਲੱਗੇ ਬਈ ਬੜਾ ਔਖਾ ਆ ਜਵਾਕਾਂ ਦਾ ਵਿੱਚ ਲਾ ਕੇ ਖਾ ਲਾ ਕਿਵੇਂ ਲੱਗੇ ਗੋਲ ਗੱਪੇ ਬਹੁਤ ਮਿੱਠੇ ਨੇ ਹਨਾ ਮਿੱਠੇ ਵਾਲੇ ਨੇ ਬਸ ਇਹ ਤੇ ਤਾਂ ਕੱਲ ਵੀ ਖਾ ਗਿਆ ਹਨਾ ਵਧੀਆ मतलब ਹਾਰਡ ਰੌਕ ਦਾ ਮਤਲਬ ਕੀ ਹੁੰਦਾ ਹਾਰਡ ਰੌਕ ਤਗੜਾ ਹਾਂ ਸਿਆਕ ਜਦੋਂ ਅਸੀਂ ਆਏ ਆਏ ਆ ਕਿਹੜਾ ਕਿਹੜਾ ਡਰਿੰਕ ਪੀ ਰਿਆ ਸੀ ਤੂੰ ਲਿਮਕਾ ਨਜ਼ਾਰੇ ਲੈਂਦਾ ਵੀ ਦੇਖ ਲੈ ਚੜਾਈ ਆ ਟੌਫੀ ਕਿਹੜੀ ਵਧੀਆ ਸਭ ਤੋਂ ਇਹਨਾਂ ਚੋਂ ਆਹ ਵਾਲੀ ਅੱਛਾ ਕਲੇਅਰਸ ਵਧੀਆ ਲੱਗਦੀ ਆ ਤੈਨੂੰ ਇਹ ਤਾਂ ਹਾਂ ਇਹ ਤਾਂ ਘੈਂਟ ਹੁੰਦੀ ਆ ਛੋਟੇ ਹੁੰਦੇ ਅਸੀਂ ਬੜੀਆਂ ਦੁਕਾਨਾਂ 'ਤੇ ਆਏ ਹਾਂ ਜੀ ਨਾਨਕੇ ਬੜੀਆਂ ਟੌਫੀਆਂ ਟੂਫੀਆਂ ਲੈ ਕੇ ਜਾਂਦੇ ਹੁੰਦੇ ਸੀਗੇ ਹੁਣ ਤਾਂ ਅਸੀਂ ਲਿਮਕੇ ਦੀ ਬੋਤਲ ਹੀ ਲੈਣ ਆਏ ਸੀਗੇ ਤੈਨ ਲੈਣਾ ਉਹ ਸਮਾਨ ਤੇਰਾ ਕਿਹੜਾ ਲੈ ਦੇ ਯਾਰ ਵੰਡਣ ਕਿਹੜਾ ਹੈ ਤੂੰ ਕਦੋਂ ਤੋਂ ਪੀਣ ਲੱਗ ਗਿਆ ਹੈ ਹੈ ਛੱਡੀ ਕਦੋਂ ਮੈਂ ਮੁਨਾਰ ਬੀੜੀ ਪ੍ਰਮੋਸ਼ਨ ਕਰਦੀ ਉਹ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ ਗਾਇਸ ਇਹ ਤਾਂ ਵੈਸੇ ਤੁਹਾਨੂੰ ਮਜ਼ਾਕ ਕਰਦੇ ਇਹੋ ਜਿਹੀਆਂ ਚੀਜ਼ਾਂ ਤੋਂ ਤਾਂ ਆਪਾਂ ਕੋਹਾਂ ਦੂਰ ਆ ਪੀਵੀ ਕੇ ਖਤਮ ਕਰੋ ਬਾਅਦ ਚੋਂ ਚੱਕ ਲੈਣਾ ਇਹਨੇ ਮੈਨੂੰ ਫੜਾਇਆ ਬਰਤਨਾ ਤਾਂ ਇਹਨੇ ਚਲੀਏ ਆ ਵੀ ਲੈਣਾ ਜੀ ਪੂੜੀ ਤਾਂ ਲਈ ਨਹੀਂ ਤਾਂ ਲੈ ਲਈ ਜਿਹੜਾ ਹਾਵੇ ਜਰਦਾ 100 ਸਾਲ ਦੀ ਮਰਦਾ